ਸਾਡੇ ਕੋਠੇ ਉੱਤੇ ਚਿੜੀਆਂ ਆਣੇ जी। तो अस्सलाम वालेकुम, वेलकम बैक टू द ब्रांड न्यू व्लॉग। तो जी आज हम लोग जा रहे हैं किधर? मिठाई छिठा लैन। अच्छा जी, कौन कौन सी मिठाई ला रहे हैं? दवाई लियानी है, उन्होंने कहा मन पसंद। ठीक है, सोन हलवा ओके, गुलाब जामुन। ਨਹੀਂ ਨਹੀਂ ਬਸ ਜਾਨਮ, ਗੁਲਾਬ ਜਾਨਮ, ਜਾਨਮ ਨਹੀਂ ਜਾਮਨ, ਨਹੀਂ ਪੁੱਤਰ ਗੁਲਾਬ ਜਾਨਮ। ਚਲੋ ਜੀ, ਹਮ ਲੋਗ ਅਬ ਜਾ ਰਹੇ ਜੀ ਮਿਠਾਈ ਲੈਣੇ। ਜੈਸਾ ਕਿ ਆਪਕੋ ਪਤਾ ਹੈ, ਹੀਨਾ ਹਾਰ ਚੁੱਕੀ ਥੀ ਮੰਮਾ ਮਾਰੀ ਸਾਡੀ ਭੋਲੀ ਮਾਂ, ਭੋਲੀ ਮਾਂ ਕਿਉਂ ਤੂੰ ਪੰਗੇ ਲੈਣੀ ਹੈ ਭਾਈ? ਮਾਂ ਹੋ ਗਈ ਤੁਹਾਡੀ ਕਮਜ਼ੋਰ, ਪੰਗੇ ਲਾ ਮਾਂ ਜੀ, ਤੁਸੀਂ ਲਿਆ ਕਰ ਤੁਸੀਂ ਪੰਗੇ ਲੈ ਕੇ ਬਣਾ ਜਾਂਦੇ ਹੋ। ਹੁਣ ਮੈਂ ਸਹੀ ਖਾ ਲੈਣਗੇ, ਮੈਂ ਸ਼ਕਤੀਆਂ ਸਾਰੀਆਂ ਕੱਢ ਦਿੱਤੀਆਂ। ਇਹ ਵੇਖੋ ਜੀ, ਇੱਕ ਸ਼ਕਤੀ, ਦੋ ਸ਼ਕਤੀ ਤੇ ਉਹ ਤੀਜੀ ਸ਼ਕਤੀ ਬਾਹਰ, ਤੇ ਇੱਕ ਸ਼ਕਤੀ ਭਾਈ ਆਪਣੇ ਘਰ। ਔਰ ਮਾੜੀ ਮੰਮਾ ਵਾਸਤੇ ਪਹਿਲੇ ਸ਼ਕਤੀਮਾਨ, ਸ਼ਕਤੀਮਾਨ ਸ਼ਕਤੀਮਾਨ ਲੋੜ ਹੈ ਨਾ, ਸ਼ਕਤੀਮਾਨ। ਅੱਛਾ ਮਾਜੀ, ਸ਼ਕਤੀਮਾਨ ਤੁਹਾਨੂੰ ਪਤਾ ਇਹ ਕੀ ਹੈ? ਡਾਕਟਰ ਸਾਹਿਬ ਬੈਠੇ ਹੋਏ ਆ, ਡਾਕਟਰ ਸਾਹਿਬ ਤੁਸੀਂ ਨੁਕਰੇ ਲਾ ਕੇ ਬੈਠੇ ਹੋ, ਖੈਰ ਹੋਏ ਡਾਕਟਰ ਸਾਹਿਬ ਨੁਕਰੇ ਇਸੇ ਲੈ ਡਾਕਟਰ ਸਾਹਿਬ ਪਹਿਲੇ ਕਹਿੰਦੇ ਛੇਤੀ ਪਾਈ, ਡਾਕਟਰ ਸਾਹਿਬ ਛੇਤੀ ਪਾਈ ਰੱਖਿਆ। ਡਾਕਟਰ ਸਾਹਿਬ ਨਾਲ ਸਾਰੀਆਂ ਕੁੜੀਆਂ ਦਾ ਬ੍ਰੇਕਅਪ ਹੋ ਗਿਆ ਜੀ, ਉਹ ਵੀ ਭਾਈ ਕਹਿਣ ਲੱਗਿਆ ਵਿਚਾਰੇ ਦਾ ਇੰਨਾ ਦਿਲ ਟੁੱਟਿਆ, ਡਾਕਟਰ ਸਾਹਿਬ ਨੇ ਨਾ ਅੱਕ ਕੇ ਹੁਣ ਡਾਕਟਰ ਰੱਖ ਲਿਆ। ਠੀਕ ਹੈ, ਤੇ ਹੁਣ ਲੇਕਿਨ ਉਹ ਦਿਲ ਹੁਣ ਵੀ ਟੁੱਟਦਾ, ਅੱਗੇ ਸ਼ਾਇਦ ਛੇਤੀ ਪਾਈ ਸੀਗਾ, ਹੁਣ ਡਾਕਟਰ ਛੇਤੀ ਪਾਈ ਹੋ ਗਿਆ। ਠੀਕ ਹੈ, ਲੇਕਿਨ ਮੁੰਡੇ ਵਿਚਾਰੇ ਦਾ ਬ੍ਰੇਕਅਪ ਹਜੇ ਵੀ ਹੋ ਰਿਹਾ ਡੇਲੀ ਬੇਸ, ਹੁਣ ਦੋਵਾਂ ਦੇ ਵਿੱਚ ਅੱਧਾ ਹੋ ਜਾ ਰਿਹਾ। ਮੇਰੇ ਸ਼ਕਤੀਮਾਨ ਨੇ ਨਾ 25 ਸਾਲ ਮੈਨੂੰ ਘੁਮਾਈ ਰੱਖਿਆ। ਅੱਛਾ, ਤੁਹਾਨੂੰ ਘੁਮਾਈ ਰੱਖਿਆ, ਅੱਬਾ ਕਹਤਾ ਅਭੀ ਵੀ ਮੈਂ ਜਵਾਨ ਹੂੰ। ਯੇ ਦੇਖੋ ਜੀ, ਬਟਨ ਲੱਗਣਾ ਸ਼ੁਰੂ ਹੋ ਗਿਆ ਭਾਈ। ਵੈਸੇ ਹਕੀਕਤ ਆ ਕੇ ਮਾੜੇ ਦੋਸਤ ਵੀ ਕਹਤੇ ਹੋਤੇ ਹੈ ਜੀ, ਆਪਕੇ ਭਾਈ ਹੈ ਕੌਣ ਹੈ? ਦੁਆ ਮੰਗਣੀ ਅੱਲਾ ਸੋਹਣਿਆ, ਮੈਂ ਜ਼ਿੰਦਗੀ ਦੇ ਵਿੱਚ ਵਿੱਚ ਚਲੀ ਜਾਵਾਂ, ਅੱਲਾ ਮੇਰੇ ਸਿਰ ਤੇ ਸਲਾਮਤ ਰਵੇ, ਅੱਲਾ ਬਸ ਤੁਹਾਨੂੰ ਹੋਰ ਜ਼ਿੰਦਗੀ ਦੇਵੇ। ਹਰ ਔਰਤ ਦੀ ਖੁਆਇਸ਼ ਹੁੰਦੀ ਪਰ ਅੱਲਾ ਤਾਲਾ ਤੂੰ ਮੈਂ ਤੂੰ ਸਾਰੀਆਂ ਭੈਣਾਂ ਨੂੰ ਜਾਣਦੀ ਕਿਉਂ ਭਈ ਆ ਉੱਥੇ ਕੀ ਕੋਈ ਸਪੈਸ਼ਲ ਕੀ ਬਣ ਗਿਆ ਜਿੱਦੋਂ ਬਹੁਤ ਸਾਰੇ? ਠੀਕ ਹੈ, ਮੈਂ ਚਲੀ ਜਾਵਾਂ, ਮੈਂ ਚਲੀ ਜਾਵਾਂ, ਮੈਂ ਸੇ ਸਲਾਮਤ ਜਾਈਆਂ। ਮੈਂ ਸੁਣਾ, ਜਿਹੜਾ ਬੰਦਾ ਇਹ ਸੋਚ ਨਹੀਂ ਨਾ ਦਿਮਾਗ 'ਚ ਰੱਖਦਾ ਵੀ ਅਸੀਂ ਮਰਨਾ ਨਹੀਂ, ਉਹਨੂੰ ਤਾਂ ਖੁਦਾ ਦਾ ਖੌਫ ਹੀ ਨਹੀਂ। ਜਿਹੜਾ ਬੰਦਾ ਇਹ ਕਹਿੰਦਾ ਨਾ ਕਿ ਅਸੀਂ ਮਰਨਾ, ਸਮਝੋ ਕਿ ਉਹਦੇ ਅੰਦਰ ਅੱਲਾ ਤਾਲਾ ਨੇਕ ਮੌਤ ਦੇਵੇ, ਹੱਕ ਸੱਚ ਦੀ ਦੇਵੇ, ਅੱਲਾ ਤਾਲਾ ਕਿਸੇ ਦੀ ਮਤਾਜ ਨਾ ਕਰੇ, ਆਪਦੀ ਇਜ਼ਾ ਨਾਲ ਜੋ ਵੀ ਹੈ ਸਾਡੇ ਨਸੀਬ ਚ, ਅੱਲਾ ਤਾਲਾ ਮਿੱਠਾ ਖਾਣ ਤੋਂ ਬਾਅਦ ਮੌਤ ਦੇਵੇ। ਜਾਓ ਯਾਰ ਮਿਠਾਈ ਲੈ ਕੇ। ਚਲੋ ਯਾਰ, ਮਿਠਾਈ ਲਈ ਆ, ਇਹਨਾਂ ਨੂੰ ਕਿਤੇ ਕੋਈ ਸ਼ੂਗਰ ਇਹਨਾਂ ਦੀ ਲੋ ਨਾ ਹੋਈ ਜਾਏ, ਤੇ ਮਿਠਾਈ ਚਾਈ ਲਿਆ ਕੇ ਬਾਈ ਇਹਨਾਂ ਨੂੰ ਖਵਾਉਂਦੇ। ਚਲ ਯਾਰ, ਡਾਕਟਰ ਛੇਬੀ ਇਹ ਡਾਕਟਰ ਛੇਬੀ ਵੀ ਮੇਰੇ ਸਾਥ ਬਾਈ ਜਾ ਰਹੇ ਆ, ਤਾਂ ਫਿਰ ਹਮ ਲੋਕ ਅੱਜ ਚਲਦੇ ਆ, ਚਲ ਕੇ ਹਮ ਪਹੁੰਚ ਕੇ ਜੀ ਆਪਸੇ ਮਿਲਦੇ ਹਾਂ। ਜਿਹੜਾ ਲਾਂਚ ਇਹ ਕਰਨਾ ਪੈਣਾ ਵਾ, ਇਹ ਖਾਲੀ ਮੈਨੂੰ ਛੇਬੀ ਕਰਨਾ ਪੈਣਾ ਵਾ, ਬਹੁਤ ਬੇਇੱਜ਼ਤੀ ਹੁੰਦੀ ਆ ਹਰ ਪਾਸੇ। ਡਾਕਟਰ ਛੇਬੀ ਬਾਈ ਲੇਟੇ ਆ, ਸ਼ਾਹਿਦ ਕੋ ਢੂੰਡਨੇ ਆਇਓ ਕਿ ਜੀ, ਸ਼ਾਹਿਦ ਕੋ ਵੀ ਸਾਰ ਲੈ ਜਾਓ। ਪਰ ਇਹ ਦੇਖੋ ਜੀ ਮੂਸਾ, ਓਏ ਇਧਰ ਕੀ ਕਰ ਰਹਾ, ਕੀ ਕਰ ਰਹਾ ਇਧਰ? ਇਹ ਜੀ ਦੁਆ, ਅੱਬੂ ਜੀ ਬੁਲਾ ਰਹੇ ਨੇ, ਅੱਬੂ ਜੀ ਦੀ ਗੱਲ ਸੁਣ ਰਹੇ। ਚਲ ਇਧਰ ਆਓ, ਵਾਈ ਨੋ ਆ ਜਾ, ਓਏ ਵੇ ਉਧਰ ਹੀ ਚੱਲ ਦੁਆ, ਓਏ ਇਧਰ ਆ, ਚਲੋ
ਉਹ ਦੁਆ ਚਲੀ ਗਈ ਆਪ ਵੀ ਜਾ ਮੂਸਾ ਇਧਰ ਸੇ ਲੈਣਾ ਯਾਰ ਇਧਰ ਆ ਯਾਰ ਛੇਬੀ ਇੱਕ ਮਿੰਟ ਰੁਕੋ ਵਨ ਮਿੰਟ ਛੇਬੀ ਚਲੋ ਆ ਜਾਓ ਬਾਗਾ 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 ਅੱਜ ਪੈ ਉੱਠ ਪੈ ਸ਼ੇਰਾ ਭਰਾ ਉਸਤਾਦ ਜੀ ਚਲੋ ਅਭੀ ਸਪੇਸ਼ ਆਓ ਪਕੜ ਲੀ ਯਾਰ ਇਸਕੋ ਨੀਚੇ ਸੇ ਡਾਕਟਰ ਸ਼ੇਬੀ ਇਧਰ 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 ਸ਼ੂਮ ਨਹੀਂ ਭਰਾਵਾ ਉਹ ਤੇਰੀ ਇਧਰ ਆ ਇਧਰ ਆ ਇਧਰ ਆ ਆ ਜਾ ਆ ਜਾ ਭਾਈ ਇੱਥੇ ਮਰੀਜ਼ਾਂ ਦੀ ਲੋ ਯਾਨੀ ਸ਼ੂਗਰ ਆਇਓ ਉਸਤਾਦ ਜੀ ਤੁਹਾਨੂੰ ਖੁਦਾ ਦਾ ਨਾਮ ਮੈਨੂੰ ਫੜਨਾ ਹੀ ਪੈਣਾ ਇਹਨੂੰ ਪਕੜਿਆ ਜਿੰਨੂੰ ਖੁਦਾ ਦਾ ਨਾਮ ਲੋ ਜੀ ਸ਼ਾਹੀ ਸਾਹਿਬ ਚਲੋ ਯਾਰ ਉਧਰ ਮਰੀਜ਼ਾਂ ਦੀ ਸ਼ੂਗਰ ਲੋ ਹੋ ਰਹੀ ਹੈ ਤੇ ਮਠਾਈ ਸ਼ਾਹੀ ਲੈ ਕੇ ਆਣੀ ਹੈ ਹਾਂਜੀ ਆਈ ਐਮ ਨੋ ਵੇ ਆਈ ਐਮ ਆਲਵੇਸ ਵੇ ਆਈ ਐਮ ਨੋ ਵੇ A few moments later. Guys, हम लोग पहुंच चुके हैं जी पंजाब स्वीट्स नाला खुर्द जिला तो अब यहां से लेते हैं जी अपनी जो उनकी दवाई है भाई हमारी तो मिठाई है हमारे लिए तो हम लोग उनकी दवाई लेते हैं दवाई लेके तो फिर जी आते हैं हम लगी कभी डब्बे च ना कोई 7-8 डलियां सहित रख देवी ਤੇ ਉਹ ਆਪਾਂ ਲੈਦਾ ਕਰ ਲਾਂਗੇ ਉਹਨਾਂ ਕੀ ਡੱਬਾ ਪੂਰਾ ਹੀ ਕਰੇ ਵਿੱਚੋਂ ਕੱਢ ਕੇ ਛਾਪਰ ਚ ਪਾ ਦੇਵੇ ਉਹ ਆਪਾਂ ਲੈਦਾ ਰਲ ਲਾਂਗੇ ਆਪਾਂ ਉੱਥੇ ਹੀ ਖਾਵਾਂਗੇ ਇੱਥੇ ਹੀ ਖਾਵਾਂਗੇ ਡਬਲ ਫਾਇਦਾ ਉਹ ਭਾਈ ਖੁਦਾ ਦਾ ਖੌਫ ਕਰ ਮਠਾਈ ਖਾਣੀ ਸ਼ੂਗਰ ਕਢਾਣੀ ਹੈ ਹੈ ਮਠਿਆਈ ਤਾਂ ਯਾਰ ਇੱਕ ਅੱਧਾ ਪੀਤਾ ਹੀ ਖਾਦਾ ਪੀਤਾ ਹੀ ਬਚਿਆ ਦੁਨੀਆ ਤੇ ਇਹਨੂੰ ਕੁੱਟ ਇਹਨੂੰ ਫੜ ਲੈ ਖਾਦਾ ਦੁਨੀਆ ਤੇ ਖਾਦਾ ਪੀਤਾ ਹੀ ਬਚਣਾ ਵਾ ਖਾਦਾ ਪੀਤਾ ਪਰ ਇਹੋ ਜਿਹਾ ਖਾਦਾ ਪੀਤਾ ਨਹੀਂ ਬਚਣਾ ਖਾਦਾ ਪੀਤਾ ਬਚਣਾ ਨਹੀਂ ਇਹਨੇ ਖਾਦਾ ਪੀਤਾ ਜ਼ਹਿਰ ਚੜਾ ਲੈਣੀ ਹਾਂਜੀ ਤੇ ਯਾਰ ਹਮ ਲੋਕ ਵੀ ਮਿਠਾਈ ਸ਼ਾਹੀ ਲੈਤੇ ਹਾਂ ਲੈ ਕੇ ਤੇ ਜੀ ਫਿਰ ਆਤੇ ਹਾਂ ਫਿਰ ਆਪਸੇ ਜੀ ਮਿਲਤੇ ਚਲੋ ਜੀ ਯਾਰ ਹਮ ਲੋਕ ਚਲਤੇ ਹਾਂ ਜੀ ਬਿਸਮਿਲ੍ਲਾ ਜੀ ਗਾਇਸ ਮਿਠਾਈ ਸ਼ਾਹੀ ਯਾਰ ਲੈ ਚੁੱਕੇ ਹਾਂ ਹਮ ਲੋਕ ਤੋ ਜੀ ਅਬ ਚਲਤੇ ਹਾਂ ਭਾਈ ਉਨਕੀ ਦਵਾਈ ਦੇਨੇ ਉਨਕੋ ਸ਼ਾਹੀ ਸਾਹਿਬ ਆਪ ਗਾੜੀ ਜਲਦੀ ਸੇ ਜਾਣੇ ਦੇ ਭਾਈ ਜਲਦੀ ਸੇ ਜਾਣੇ ਦੇ ਔਰ ਇਹ ਦੇਖੋ ਜੀ ਇਹ ਛੇਪੀ ਸਾਹਿਬ ਕਿਆ ਕਰ ਰਹੇ ਹੋ ਕਿਆ ਕਰ ਰਹੇ ਹੋ ਕਿਆ ਕਰ ਰਹੇ ਹੋ ਆਪ ਭਾਈ ਮੈਂ ਨਾ ਭਾਈ ਜਾਨ ਉਹ ਕਿਆ ਕਹਤਾ ਤਾ ਉਸੇ ਪੁੱਛ ਕੇ ਆਉਂ ਅਗਰ ਪੂਰੀ ਦੁਕਾਨ ਚਾਹੀਏ ਉਹ ਕਿਤਨੇ ਕੀ ਮਿਲੇਗੀ ਅੱਛਾ ਉਹ ਬੜੀ ਮਹਿੰਗੀ ਪੈ ਜਾਣੀ ਭਾਈ 1000 ਰੁਪਏ ਕਿਲੋ 60 ਕਰੋੜ 60 ਕਰੋੜ 60 ਕਰੋੜ ਉਹਨੂੰ ਕੈਸ਼ ਕਿੰਨ ਕਢਾਏਗਾ ਉਹ ਤਾਂ ਮਿਲਣਾ ਵਣਾ ਹੈ ਨਾ ਪ੍ਰਾਪਰਟੀ ਹੈ ਡੀਲਿੰਗ ਉਹ ਪੂਰੀ ਪਹਿਲੇ ਉਸਕੋ ਐਸ਼ ਕਰਵਾਣਾ ਹੈ ਫਿਰ ਉਸਕੋ ਕੈਸ਼ ਕਰਵਾਣਾ ਹੈ ਹਾਂਜੀ ਚਲੋ ਯਾਰ ਅਬ ਫਿਰ ਨਿਕਲਤੇ ਹੈ ਹਮ ਲੋਕ ਜੀ ਫਿਰ ਆਪਸੇ ਜੀ ਮਿਲਤੇ ਹੈ ਘਰ ਜਾ ਕੇ ਲੇਟਰ ਗਾਇਸ ਫਾਈਨਲੀ ਜੀ ਹਮ ਲੋਕ ਪਹੁੰਚ ਚੁੱਕੇ ਹਾਂ ਘਰ ਤੋ ਅਬ ਚਲਤੇ ਹੈ ਜੀ ਭਾਈ ਨੇ ਚੁੱਕਣਾ ਹੈ ਭਾਈ ਇਹ ਦੇ ਭਾਈ ਪਤਾ ਲਿਆ ਯਾਰ ਮੇਨ ਬੰਦੇ ਨੂੰ ਫੜਾ ਜਾ ਕੇ ਬੰਦੇ ਦਾ ਬੰਦਾ ਮੈਂ ਹੀ ਆ ਡਾਕਟਰ ਸਾਹਿਬ तो जी अब चलते हैं उनको उनकी मेडिसिन देते हैं और उनकी देखते हैं भाई उनकी खुशी कितनी होती है मेडिसिन से बस कर की तू बोआ तोड़ना ले भाई भाई आजू 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 भाई आपकी मेडिसिन आ गई है शुक्रिया यार शुक्रिया शुक्रिया चलें भाई भाई आपकी कोई हैप्पीनेस ही नहीं है यार मेडिसिन आ गई आपकी हैप्पीनेस दिखाएंगे जब ये चाय के साथ देख के आएगी देखने के बाद कितने महीने लड़ाई होगी मैं कह नहीं और गुलाब जामुन तो बर्फी खांदे ने और मेरे पास ही यार ए प्रांत ले आंदे ने क्या सोनल बात है और की गया सी गुलाब जामुन नहीं ए और की जे यार सोनल हलवा और मन पसंद मैं कह और नहीं खांदे बर्फी तो गुलाब जामुन खांदे ने आखिर नहीं वो उन्होंने क्या वा
ਲੋ ਜੀ ਕਾਲਾ ਜੀ ਆਪਕੀ ਮੈਡੀਸਨ ਆ ਚੁੱਕੀ ਆ, ਇਹ ਆਪਕੀ ਦਵਾਈ ਆ ਗਈ ਆ। ਸ਼ੁਕਰੀਆ ਭਾਈ, ਬਹੁਤ ਬਹੁਤ ਸ਼ੁਕਰੀਆ। ਠੀਕ ਆ, ਲੇਕਿਨ ਹੁਣ ਚਾਹ ਬਣਾਓ ਨਾ, ਚਾਹ ਦੇ ਨਾਲ। ਭਾਈ 1000 ਤੁਹਾਡਾ ਪੂਰਾ ਹੀ ਲੱਗ ਗਿਆ। 1100 ਰੁਪਏ ਕਿਲੋ, ਇੱਥੇ 1100 ਰੁਪਏ ਦੇਣੀ ਮੈਂ ਪਸੰਦ 1100 ਰੁਪਏ ਕਿਲੋ ਨਹੀਂ, ਨਾਲੋਂ 1000 ਰੁਪਏ ਪੂਰੇ ਦੇਣੀ। ਹਾਂਜੀ, ਸੋਨ ਹਲਵਾ ਤੇ 1000 ਰੁਪਏ ਦੇਣਾ ਸੀ, ਸੋਨ ਹਲਵਾ ਤੇ ਦੂਸਰਾ ਨਾ। ਸੋਨ ਹਲਵਾ ਔਰ ਮਨ ਪਸੰਦ। ਅਗਰ ਤੁਸੀਂ ਗੁਲਾਬ ਜਾਮੁਨ ਪਵਾਏ ਫਿਰ 900 ਜਾਣਾ ਸੀ, ਤੇ ਜੇ ਗੁਲਾਬ ਜਾਮੁਨ ਨਾ ਪਾਉਂਦਾ ਫਿਰ 1000 ਰਹਿਣਾ ਸੀ। ਇਕੱਲੀ ਮਨ ਪਸੰਦ ਲੈਣਾ 1100 ਹੋਣਾ ਸੀ, ਮੇਰੇ ਕੋਲ ਸਾਰੇ ਲੈਣੇ। ਅੱਛਾ, ਹਾਂ ਇਹ ਹੀ ਲੈ ਕੇ ਆਉਂਦਾ ਕਿਉਂਕਿ ਅਸੀਂ ਜਦੋਂ ਜਾਣਾ ਡੇਲੀ। ਭਾਈ ਹਮਨੇ ਫਿਰ ਵਹਾਂ ਪੇ ਟੇਸਟ ਵੀ ਕੀ ਆ, ਮੈਂ ਉਸਕੋ ਸ਼ਰਮ ਹੀ ਆਤ ਲਵਾਨੇ ਕੇ ਲਈ, ਮੈਂ ਕਿਹਾ ਭਾਈ ਯੇ ਲੋ 100 ਰੁਪਏ ਇਹ ਪੈਸੇ ਕਾਟ ਲੋ ਟੇਸਟ ਕਰਵਾਓ। ਕਹਿੰਦਾ ਨਹੀਂ ਨਹੀਂ ਭਾਈ, ਕੈਸੀ ਬਾਤ ਹੈ, ਆਪ ਸਲਮਾਨ ਭਾਈ ਕੀ ਤਰ੍ਹਾਂ ਸੇ ਆਏ ਹੈ ਕਿ ਆਪ ਵੈਸੇ ਹੀ ਟੇਸਟ ਕਰ, ਉਸਨੇ ਵੈਸੇ ਹੀ ਟੇਸਟ ਕਰਵਾਈ ਹੈ। ਨਹੀਂ ਨਹੀਂ ਵਾਕਈ ਕਸਮ ਹੈ, ਪਤਾ ਕੀ ਹੈ ਮੂੰਹ ਕਰੇ ਸਲਮਾਨ ਭੇਜਦਾ ਰਹਿੰਦਾ ਨਾ ਲੈ ਕੇ। ਨਹੀਂ ਮੈਂ ਇਹਦੇ ਨਾਲ ਖਾਲਾ ਗਿਆ ਵੀ ਹੋਇਆ ਇੱਕ ਦੋ ਵਾਰ, ਨਾਲੇ ਚਿੱਪੀ ਸ਼ਾਦੀਆਂ ਦੀ ਮਠਾਈ ਇਹਨਾਂ ਕੋਲੋਂ, ਚਲੋ ਜੀ ਮਿਠਾਈ ਖਵਾ ਵੀ ਦਿਓ। ਭਾਈ ਹਮ ਚਾਏ ਤੋਂ ਬਣਾਓ, ਚਾਏ ਬਣਾਉਂਦੇ ਹਾਂ ਬਸ, ਬਾਜੀ ਬਣਾਉਣ ਲੱਗੇ। ਬਾਜੀ ਦੀ ਹੁਣ ਡਿਊਟੀ ਹੈ, ਬਿਨਾਂ ਭਾਂਡੇ ਧੋਏਗੀ ਤੇ ਫਿਰ ਬਣਾਓਗੇ ਨਾ। ਭਾਈ ਮਾੜੀ ਖਾਲਾ ਨਾ ਰੈਡੀਮੇਡ ਸਾਰ ਦਿੱਤੀਆਂ, ਉਹ ਪੀਜ਼ੇ ਪੂਜ਼ੇ ਮੰਗਵਾ ਲੈਤੀਆਂ, ਲੇਕਿਨ ਹਮੇ ਪਸੰਦ ਵੀ ਹੋਈ। ਹਾਂ ਜ਼ਿਆਦਾ ਅੱਛਾ, ਰੋਕੜੇ ਇਹਨੇ ਦੱਸਿਆ ਅੱਜ ਕੀ ਵਾਵਾ ਬਿੱਲ ਵੀ ਤੁਹਾਡਾ ਵਾਵਾ ਹੀ ਆ ਗਿਆ। 1,43,000 ਆਇਆ ਸੀ, 42,000 ਤੇ ਉਹ ਟੁੱਕ ਵੱਢ ਕਰਾ ਕਰੋ ਕੇ ਮਿੰਤਾ ਕਰ ਕਰ ਕੇ ਜਿਹੜੇ ਘਾਟੇ ਵਾਧੇ ਸੀ ਉਹ ਕਰਕੇ ਤੇ ਫਿਰ 1,00,000 ਰੁਪਇਆ ਤਾਂ ਆ ਰਹੀ। ਇਹਨੇ ਬਾਈ ਕਿਹਨੂੰ ਰਿਸ਼ਵਤ ਦੇ ਰਿਹਾ ਸੀ ਤੂੰ ਜ਼ਰਾ ਦੱਸੀ? ਨਹੀਂ ਨਹੀਂ ਇਹਨੇ ਮੈਨੂੰ ਦੱਸਿਆ ਪਿਆਰ ਮੁਹੱਬਤੀ, ਮੈਂ ਕਿਹਾ ਮੈਂ ਕਿਹਾ ਚਾਚਾ ਪਿਆਰ ਮੁਹੱਬਤ ਆ ਰੱਖ ਲੈ ਪੈਸੇ ਥੋੜੇ ਜਿਹੇ। ਚਾਚਾ ਕੀ ਕਹਿੰਦਾ? ਚਾਚਾ ਕਹਿੰਦਾ ਹਦੀਸ ਸੁਣੀ ਮੈਂ ਕਿਹੜੀ, ਕਹਿੰਦਾ ਰਿਸ਼ਵਤ ਦੇਣੇ ਵਾਲਾ ਰਿਸ਼ਵਤ ਦੇਣੇ ਵਾਲਾ ਦੋਨੋਂ ਜਨਮ ਕੀ ਆ ਗਏ। ਮੈਂ ਕਿਹਾ ਚਾਚਾ ਇਹ ਮਿਠਾਈ ਹੈ, ਤੂੰ ਕਿਹੜਾ ਜਨਮ 'ਚ ਜਾਣ ਡਿਆ? ਕਹਿੰਦਾ ਨਿਕਲ ਜਾ ਇੱਥੇ, ਮੈਂ ਤੇਰੇ ਚੰਨ ਵਾਲ, ਤੂੰ ਤੇ ਜਨਮ 'ਚ ਜਾ, ਕਹਿੰਦਾ ਲੈਣ 'ਚ ਲੱਗ ਕੋਈ ਨੀ ਅੱਗੇ ਜਾਣਾ। ਚਾਚੇ ਨੂੰ ਪਤਾ ਸੀ ਬਾਹਰ ਲੈਣ ਲੱਗੀ ਆ, ਗਰਮੀ ਚ ਵਾਹਨ ਤਰਦੀ ਪਈ ਆ, ਚਾਚੇ ਨੂੰ ਮੈਂ 2,000 ਦਿੰਦਾ, ਚਾਚੇ ਦੇ ਪਿਓ ਨੇ ਵੀ ਕਹਿਣਾ ਸੀ ਮੈਂ ਜਮਾ। ਹਾਂਜੀ ਇਹੀ ਬਾਤ ਹੈ ਨਾ, ਪਰਲੇ ਪਾਸੇ ਆਂਟੀ ਖਲੋਤੀ ਸੀ, ਮੈਂ ਜਾ ਕੇ ਮੈਂ ਕਿਹਾ ਮਾਂ ਜੀ ਆ ਇੱਕ ਮਾੜੀ ਜੀ ਮਿਹਰਬਾਨੀ ਕਰੋ, ਤੁਹਾਡਾ ਬਿੱਲ ਅੰਦਰ ਮੇਰਾ ਜਮਾ ਕਰਾ ਦੇ। ਅੱਛਾ ਫਿਰ ਚਾਚਾ ਹੀ ਕਹਿੰਦਾ ਚਾਚਾ ਉਹ ਉਰਲੀ ਲੈਣ ਚ ਚਾਚਾ ਲੱਗਿਆ ਸੀ।
ਕਹਿੰਦਾ ਸਾਹਿਬ ਜੀ ਇਹ ਬਿੱਲ ਪਿੱਛੋਂ ਆਇਆ ਮੁੰਡੇ ਨੇ ਆ ਖਾਉਂਦੇ ਤਾਂ ਕਹਿੰਦਾ ਚਾਚਾ ਚੁੱਪ ਕਰਕੇ ਬਹਿ ਤੂੰ ਤੈਨੂੰ ਉਹ ਅੱਲਾ ਨੇ ਮੇਰਾ ਬਿੱਲ ਉਹਨੇ ਜਮ੍ਹਾਂ ਕੀਤਾ ਉਧਰ ਹਨੇਰਾ ਆ ਗਿਆ ਟ੍ਰਾਂਸਫਾਰਮਰ ਨੇ ਪਟਾਕਾ ਮਾਰਿਆ ਸਾਰੀ ਵਾਮ ਉੱਥੇ ਰਹਿ ਗਈ ਬਸ ਆਖਰੀ ਬਿੱਲ ਮੇਰੇ ਚਲੋ ਜੀ ਚਲੋ ਭਾਈ ਮੁਬਾਰਕ ਹੋਏ ਤੁਹਾਡਾ ਬਿੱਲ ਜਮ੍ਹਾਂ ਹੋ ਗਿਆ 10-12 ਹਜ਼ਾਰ ਤੁਹਾਨੂੰ ਐਕਸਟਰਾ ਨਹੀਂ ਪਿਆ ਹੁਣ ਕੋਈ ਫਿਰ ਪਾਰਟੀ ਤੇ ਬਣਦੀ ਆ ਕਹਿੰਦੇ 10-12 ਹਜ਼ਾਰ ਬਚਤ ਹੋਈ ਆ ਦੋਨਾਂ ਭੈਣਾਂ ਦਾ ਦਿਲ ਘਬਰਾਉਣ ਲੱਗ ਪਿਆ ਸੀ ਤੁਹਾਡਾ ਕਿਉਂ ਇੰਨਾ ਦਿਲ ਘਬਰਾਉਂਦਾ ਦੋਨਾਂ ਦਾ ਦੱਸੋ ਆ ਜੀ ਨਾਪੀ ਕਾ ਵੀ ਦਿਲ ਘਬਰਾ ਰਹੇ ਨਾਪੀ ਨੇ ਵੀ ਅੱਜ ਸ਼ੁਰੂ ਕਰ ਦਿੱਤੀ ਭਾਈ ਇਸ ਕੋ ਪਤਾ ਚੱਲ ਗਿਆ ਥਾ ਅਲੀ ਵੀ ਲੋਕ ਸਟਾਰਟ ਕਰਨ ਲੱਗਾ ਅਲੀ ਲੋਕ ਸਟਾਰਟ ਕਰਨ ਵਾਲਾ ਸੀ ਪਹਿਲੇ ਇਹ ਗਲਾਸ ਕਿਸਨੇ ਬਣਾਇਆ ਅਲੀ ਨੇ ਹਾਂਜੀ ਇਹ ਕਿਸਨੇ ਪਲਾਇਆ ਅਲੀ ਨੇ ਇਹ ਮੈਨੇ ਬਣਾਇਆ ਮਿਠਾਈ ਕੌਣ ਲੈ ਕੇ ਆਇਆ ਅਲੀ ਹੈ ਸ਼ਾਹਿਦ ਬਤਾਓ ਭਾਈ ਸ਼ਾਹਿਦ ਖਲਾਏਗਾ ਕੌਣ ਅਲੀ ਆਪਣਾ ਤੂਰ ਬਣਿਆ ਰਹਿੰਦਾ ਭਾਈ ਅੱਛਾ ਵੈਸੇ ਜਿੰਨੀ ਕੁ ਮਠਿਆਈ ਹੈ ਨਾ ਤੇ ਜਿੰਨੇ ਬੰਦੇ ਨੇ ਮੈਂ ਕਹਿੰਦਾ ਵਾਹ ਭਾਈ ਵਾਹ ਵਾਹ ਭਾਈ ਵਾਹ ਪੂਰੀ ਆ ਜਾਏਗੀ ਯਾਰ ਕੱਲ ਆਇਆ ਕੀ ਸ਼ਹਿਰੀਆਂ ਦੇ ਕੰਮ ਕਰਦੇ ਐਵੇਂ ਮੰਮੀ ਡੈਡੀ ਕੰਮ ਖੋਲੋ ਤੇ ਰੱਖੋ ਡੱਬਾ ਦਿਖਾਓ ਲੈ ਜੀ ਬਾਈ ਇਹ ਡੱਬਾ ਨੀ ਖੁੱਲਦਾ ਦੇਖਣਾ ਤੁਹਾਡੇ ਕਈ ਡੋਲੇ ਕੋ ਵੱਲ ਨਾ ਪੜ ਜਾਏ ਯੇ ਜਬ ਮਨ ਪਸੰਦ ਹਮ ਲੋਕ ਕਰਤੇ ਹੈ ਜੀ ਟੇਸਟ ਡਾਕਟਰ ਸਾਹਿਬ ਨਹੀਂ ਨਹੀਂ ਡਾਕਟਰ ਤਾਂ ਇਹ ਹੈ ਇਹ ਨਾ ਵੀ ਖਾ ਲੈ ਨਹੀਂ ਮੈਂ ਬੱਚੋਂ ਕੋ ਦੂਸਰਾ ਕੰਮ ਦਿਆ ਤਾਂ ਮੈਂ ਕਿਹਾ ਚਲੋ ਇੱਕ ਦੋ ਖਾ ਜਾਵਾਂ ਹੀ ਨਾ ਮਨ ਪਸੰਦ ਖਤਮ ਹੋ ਗਈ ਨਹੀਂ ਨਹੀਂ ਇਹ ਰੱਖੋ ਹੋ ਹੀ ਉਹ ਖਤਮ ਗਈ ਜਿਸ ਦਾ ਜ਼ਹਾਰ ਲਗਾ ਉਸ ਤੋਂ ਕੀ ਕਿਉਂ ਰੱਖੀ ਖਾ ਲਈ ਆ ਪਿਆ ਫਿਰ ਆ ਤੇਰੇ ਇਸੇ ਦਾ ਪਿਆ ਲੋ ਕਿਲੋ ਬੇਟੀ ਬਸ ਯਾਰ ਨਹੀਂ ਮਿਠਾਈ ਠੰਡੀ ਹੈ ਗਰਮ ਕਰ ਲੋ ਓਵਨ ਨਹੀਂ ਆ ਪਾਰਟੀ ਸ਼ਾਰਟੀ ਹੋ ਗਈ ਆ ਉਹ ਬੰਦੀ ਕਾ 1000 ਰੁਪਿਆ ਲਗਾ ਉਸਕਾ ਮੂੰਹ ਬਣਾ ਹੋਇਆ ਮੈਨੇ ਕਰਵਾਏ ਹੈ ਕਿਸਨੇ ਕਰਵਾਏ ਆ ਬਤਾਓ ਬਤਾਓ ਤੁਹਾਨੂੰ ਖਾਲਾ ਕੰਮ ਕਰਵਾਏ ਤੁਸੀਂ ਆਪਣੀ ਧੀ ਕੋ ਛੋਟੇ ਹੋਤੇ ਹਮੇ ਹੀ ਖਾਲਾ ਸੰਭਾਲਦੀ ਹੋਤੇ ਨੀ ਖਾਲਾ ਦੱਸੋ ਦੇਖੋ ਜੀ ਇਹ ਭਾਂਡੇ ਧੋਤੇ ਇਹ ਭਾਂਡੇ ਧੋਤੇ ਨੇ ਫਿਰ ਰੱਖਦੇ ਸੀ ਫਿਰ ਜਿੱਦੇ ਕਰਦੇ ਸੀ ਨਾ
ਖਾਲਾ ਨੇ ਨਾ ਉਹ ਗਿੰਦੀ ਕੇ ਬਰਤਨ ਰੱਖੇ ਹੋਏ ਆ, ਦੋ ਕਟੋਰੀਆਂ, ਤਿੰਨ ਚਾਰ ਗਲਾਸ ਨੇ, ਉਹ ਗੰਦੇ ਹੁੰਦੇ ਨੇ, ਉਹਨਾਂ ਨੂੰ ਫਿਰ ਧੋ, ਫਿਰ ਉਹਦੇ ਦੁਬਾਰਾ ਕਰੋ। ਭਾਈ ਤਾਂ ਸਹੀ ਹੈ ਨਾ, ਉਹ ਬਹੁਤੇ ਬਰਤਨ ਕੱਢ ਕੇ ਰੱਖਣਗੇ ਤੇ ਫਿਰ ਦਸਤੀ ਖਰਾਬ ਹੋ ਜਾਣੀ। ਹਾਂ, ਜੋ ਦੋ ਜੀ ਨੇ ਉਹਨਾਂ ਨੇ ਲੈਣੇ ਪਾਣੀ ਬਾਹਰ। ਹਾਂ, ਇਹ ਕੀ ਕਾਮ ਹੈ ਸੀ ਕਿ ਕੈਬਨ ਖੋਲ ਜੂ ਤੇ ਕੱਢੀ ਜਾਓ। ਹਾਂ, ਉਹ ਵੀ ਚੱਲੇ ਜੀ ਖਾਲਾ, ਫਿਰ ਫਿਰ ਤੁਹਾਨੂੰ ਮੈਂ ਉਹਨੂੰ ਬਿੱਲ ਦਾ ਯਾਦ ਫਿਰ ਕਰਾਦਾ, ਫਿਰ ਤੁਸੀਂ ਕਹੋਗੇ ਕੋਲ ਡੱਬਾ ਲਈ। ਹਾਂ, ਚਲੋ ਬੇੜੀ ਤੇ ਬਿੱਲ ਦਿਓ ਤਾਂ ਮੇਰੇ ਮਗਰ ਲੱਗ ਗਿਆ ਮੈਨੂੰ। ਤਾਂ ਦੇ ਤਾਂ ਹੁਣ ਇਹ ਹੋ ਗਿਆ, ਹੋ ਗਿਆ। ਚਲੋ ਯਾਰ, ਮੇਰਾ ਅੱਬਾ ਵੀ ਬੜਾ ਬਿਮਾਰ ਹੋ ਗਿਆ, ਜਾ ਕੇ ਸਕੂਨ ਹੋਇਆ, ਉਹ ਨਹੀਂ ਲੈਣਾ, ਇੰਨਾ ਪਰੇਸ਼ਾਨ ਹੋਇਆ, ਸੋਲਰ ਸਿਸਟਮ ਲਾ ਕੇ ਵੀ ਤੇ 60-60,000 ਬਿੱਲ ਆ ਵੰਡਿਆ। ਮੈਨੂੰ ਦੱਸਿਆ ਨਹੀਂ ਸਲਮਾਨ ਨੇ, ਰੋਜ਼ ਪੁੱਛਾ ਸਲਮਾਨ ਬਿੱਲ ਦਾ ਕੀ ਬਣਿਆ, ਬਿੱਲ ਦਾ ਕੀ ਬਣਿਆ, ਕਹਿੰਦਾ ਬਸ ਘੱਟ ਗਿਆ, ਘੱਟ ਗਿਆ, ਤੂੰ 1,42,000 ਬਿੱਲ ਆਇਆ ਪਿਆ, ਮੈਨੂੰ ਆਖੇ ਘੱਟ ਗਿਆ, ਯਾ ਇਹਨੇ ਨਾ ਲੈਂਦਾ ਗਿਆ ਤੇ ਨਾਲ ਹੀ ਮੈਨੂੰ ਚੜ੍ਹ ਗੁੱਸਾ ਗਿਆ। ਬੀਪੀ ਹਾਈ ਹੋ ਗਿਆ, ਬੀਪੀ ਇੰਨਾ ਥੋੜਾ ਜਿਹਾ ਹਾਈ ਕਿਤੇ, ਇਹ ਤੁਹਾਡੀ ਸਾਰੀਆਂ ਭੈਣਾਂ ਦਾ ਬੀਪੀ ਬੜੀ ਛੇਤੀ ਹਾਈ ਹੋ ਜਾਂਦਾ, ਠੱਕ ਹੈ ਅੰਮਾ ਜੀ। ਹਾਂ, ਖਾ ਲੈਣਾ ਫਿਰ ਚਾਹ ਦਾ ਕੱਪ ਪੀ ਲੈਣਾ ਤੇ ਰੋਟੀ ਸਵੇਰੇ ਸਹੀ। ਹਾਂਜੀ, ਚਲੇ ਯਾਰ, ਇਧਰ ਹੀ ਹਮ ਲੋਕ ਜੀ ਵਲੋਗ ਕੋ ਐਂਡ ਕਰ ਰਹੇ ਹੈ, ਫਿਰ ਹਮ ਮਿਲਤੇ ਹੈ ਜੀ ਆਪਸੇ ਨੈਕਸਟ ਵਲੋਗ ਮੇਂ। ਅਗਰ ਆਪਕੋ ਵਲੋਗ ਅੱਛਾ ਲਗਾ ਹੋ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ, ਸਾਥ ਹੀ ਸਾਥ ਬੈਲ ਆਈਕਨ ਕੋ ਪ੍ਰੈਸ ਕਰ ਦੋ ਤਾਂ ਕਿ ਆਪਕੋ ਹਮਾਰੀ ਨੋਟੀਫਿਕੇਸ਼ਨਸ ਮਿਲਤੇ ਰਹੇ। ਔਰ ਭਾਈ ਜਾ ਕੇ ਜ਼ਰਾ ਦੇਖੋ ਮੇਰੀ ਮਾਂ ਜੀ ਯਾਰ ਕੈਸੇ ਵਿਚਾਰੀ ਹਾਰ ਗਈ ਹੈ, ਮੇਰੀ ਖਾਲਾ ਜੀ ਨਾ ਬੜੀ ਤੇਜ਼ ਹੈ ਔਰ ਪੂਰੀ ਭਲਵਾਨ ਹੈ, ਹਮ ਲੋਕ ਆਪਣੀ ਅੰਮਾ ਵੀ ਭਲਵਾਨ ਸਮਝਦੇ ਥੇ ਪਰ ਮੇਰੀ ਖਾਲਾ ਵੀ ਭਲਵਾਨ ਹੈ। ਤੋ ਜੀ ਮੇਰੀ ਮੇਰੀ ਅੰਮਾ ਤੋਂ ਸ਼ਕਤੀਆਂ ਇਹ ਨਿਕਾਲਦੀਆਂ ਨਾ, 1 ਸ਼ਕਤੀ 2 ਸ਼ਕਤੀ 3 ਸ਼ਕਤੀ 4 ਸ਼ਕਤੀ ਆਪਣੇ ਘਰ। ਤੋ ਜੀ ਫਿਰ ਆਪ ਹੀ ਉੱਧਰ ਜਾ ਕੇ ਦੇਖੋ ਔਰ ਆਪਕੋ ਯਾਰ ਪਤਾ ਚੱਲ ਜਾਏਗਾ ਮੇਰੀ ਮਾਂ ਜੀ ਕੋ ਕੈਸੇ ਹਰਾਇਆ। ਲਾਹੌਰੀ ਪੰਜਾਬੀ ਫੈਮਿਲੀ ਯਾਰ, ਉਨਕੋ ਪਤਾ ਮੈਂ ਪਹਿਲੇ ਕਿੱਧਰ ਹੋਤਾ ਹਾਂ। ਹਾਂ, ਜਾਣਤੇ ਹਾਂ। ਤੋ ਜੀ ਨਾਨਕਿਆਂ ਦੇ, ਹਾਂ ਨਾਨਕਿਆਂ ਤੇ ਆਏ ਬੈਠੇ ਵਾਂ ਅਸੀਂ। ਆ ਕੀ ਹੈ ਸਾਡੇ ਕੋਠੇ ਉੱਤੇ ਚਿੜੀਆਂ ਨੇ, ਆਏ ਹਾਏ ਹਾਏ ਤੇ ਤੇਰੇ ਮੇਰੇ ਪਿਆਰ ਵਾਲੀਆਂ, ਕੀ ਬਾਤ ਹੈ। ਚਲੇ ਯਾਰ, ਅੱਲਾ ਹਾਫਿਜ਼।